ਅੱਜ ਕਪੂਰਥਲਾ 'ਚ ਭਗੌੜੇ ਨੂੰ ਕਾਬੂ ਕਰਨ ਗਈ ਪੁਲਿਸ ਪਾਰਟੀ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਪਿੰਡ ਧੰਮਣ 'ਚ ਪੁਲਿਸ ਕਿਸੇ ਮਾਮਲੇ 'ਚ ਭਗੌੜੇ ਨੂੰ ਫੜਨ ਲਈ ਛਾਪੇਮਾਰੀ ਕਰਨ ਪਹੁੰਚੀ ਸੀ। ਇਸੇ ਦੌਰਾਨ ਮੁਲਜ਼ਮ ਅਤੇ ਉਸਦੇ ਸਾਥੀਆਂ ਵੱਲੋਂ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ 'ਚ ਇੱਕ ਗਰਭਵਤੀ ਔਰਤ ਦੇ ਜ਼ਖਮੀ ਹੋਣ ਦੀ ਸੂਚਨਾ ਵੀ ਮਿਲੀ ਹੈ। ਮਹਿਲਾ ਕਰਮਚਾਰੀ ਨੂੰ ਕਪੂਰਥਲਾ ਹਸਪੀਟਲ ਰੈਫਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਪਾਮਣਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਅਦਾਲਤ ਵੱਲੋਂ ਚੈੱਕ ਕੇਸਾਂ 'ਚ ਭਗੌੜਾ ਸੀ। ਇਸ ਦੀ ਸੂਚਨਾ ਮਿਲਣ 'ਤੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਟੀਮ ਦੇ ਨਾਲ ਇੱਥੇ ਰੇਡ ਕਰਨ ਲਈ ਪਹੁੰਚੀ ਸੀ। ਟੀਮ 'ਚ ਗਰਭਵਤੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਵੀ ਸ਼ਾਮਲ ਸੀ। ਜਦੋਂ ਪੁਲਿਸ ਟੀਮ ਨੇ ਪੀਓ ਸੁਖਵਿੰਦਰ ਸਿੰਘ ਨੂੰ ਕਾਬੂ ਕੀਤਾ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਟੀਮ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਮਾਮਲਾ ਇਹ ਹੈ ਜੀ, ਅੱਜ ਮੈਂ ਆਪਣੀ ਪੁਲਿਸ ਪਾਰਟੀ ਸਮੇਤ ਅਮਨਦੀਪ ਕੌਰ ਲੇਡੀ ਕਾਂਸਟੇਬਲ ਆ ਸਾਡੇ ਨਾਲ, ਅਸੀਂ ਇੱਕ ਸਾਡਾ ਪੀਓ ਆ ਸੁਖਵਿੰਦਰ ਸਿੰਘ ਸਾਨੂੰ ਮਲਕੀਤ ਸਿੰਘ ਪਿੰਡ ਪੰਬਣਾ ਤੋਂ ਉਹਦੇ ਘਰ ਰੇਡ ਕੀਤੀ। ਪੀਓ ਮੌਜੂਦ ਸੀਗਾ ਘਰ, ਅਸੀਂ ਜਦੋਂ ਉਹਨਾਂ ਦੇ ਘਰ ਐਂਟਰੀ ਕਰਨ ਲੱਗਿਆਂ ਤਾਂ ਉਹਦੇ ਪੀਓ ਜਿਹੜਾ ਉਹਦੇ ਬ੍ਰਦਰ ਨੇ, ਉਹਦੇ ਫਾਦਰ ਨੇ, ਉਹਦੀ ਮਦਰ ਨੇ, ਉਹਦੀ ਸਿਸਟਰ ਨੇ ਪੁਲਿਸ ਪਾਰਟੀ 'ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਅਤੇ ਮੇਰੀ ਇਹ ਜਿਹੜੀ ਮੁਲਾਜ਼ਮ ਸੀ ਕੁੜੀ ਜੋ ਕਿ ਪ੍ਰੈਗਨੈਂਟ ਆ, ਇਹਦੇ ਵੀ ਵੱਟੇ ਮਾਰੇ ਆ, ਪੇਟ 'ਚ ਲੱਤਾਂ ਮਾਰੀਆਂ ਆ। ਹੁਣ ਮੈਂ ਇਹਨੂੰ ਟਿੱਬਾ ਹਸਪੀਟਲ ਲੈ ਕੇ ਆਇਆ, ਇਸ ਤੋਂ ਬਾਅਦ ਡਾਕਟਰ ਸਾਹਿਬ ਨੇ ਰੈਫਰ ਸਿਵਲ ਹਸਪੀਟਲ ਕਪੂਰਥਲਾ ਕਰ ਦਿੱਤਾ। ਕਪੂਰਥਲਾ ਤੋਂ ਤਰਸੇਮ ਸੈਣੀ ਦੀ ਰਿਪੋਰਟ, ਦਾ ਨਿਊਜ਼ ਪੰਜਾਬ, ਚੰਡੀਗੜ੍ਹ।